ਟੈਸਟ ਟਾਈਮ ਤੇ ਨਾ ਆਪਣੀ ਸਟਰੈਂਥ ਹੁੰਦੀ ਆ 30 ਤੋਂ 35 ਲੜਕੇ 8:30 ਵਜੇ। ਚਲੋ ਅੱਜ ਵੀ ਮਾਰਾਂ ਦੀ ਕਿਰਪਾ ਵਾ, 20-25 ਮੁੰਡੇ ਐਕਸਲ ਲਾਉਣ ਡਏ ਆ। ਅੱਜ ਥੋੜਾ ਜਿਹਾ ਮਨ ਦੇ ਵਿੱਚ ਵਿਚਾਰ ਆਇਆ, ਤੁਹਾਨੂੰ ਪਤਾ ਲੋਹੜੀ ਹੋਵੇ ਦੀਵਾਲੀ ਹੋਵੇ ਆਪਾਂ ਕਿਸੇ ਨੂੰ ਵਧਾਈਆਂ ਉਹ ਚੀਜ਼ਾਂ ਆਪਾਂ ਨਹੀਂ ਕਰਦੇ। ਈਵਨ ਕਿ ਮੇਰਾ ਇੰਸਟਾਗ੍ਰਾਮ ਚੈੱਕ ਕਰ ਲਿਓ, ਮੇਰੀ ਐਪ ਵੀ ਚੈੱਕ ਕਰ ਲਿਓ, ਮੇਰਾ ਯੂਟਿਊਬ ਚੈੱਕ ਕਰ ਲਿਓ, ਉਹਦੇ ਵਿੱਚ ਕੋਈ ਆਪਾਂ ਆਪਣੀ ਡੇਟ ਆਫ ਬਰਥ ਨਹੀਂ ਪਾਈ। ਸਾਲ ਬਾਅਦ ਜਨਮ ਦਿਨ ਦਾ ਮਤਲਬ ਕਿ 1 ਸਾਲ ਤੁਹਾਡੀ ਉਮਰ ਘੱਟ ਜਾਂਦੀ ਆ, 1 ਸਾਲ ਬਾਅਦ ਆਪਣੀ ਉਮਰ ਘੱਟਦੀ ਆ, ਨਾ ਕਿ ਆਪਾਂ ਵੱਡੇ ਹੁੰਦੇ ਹਾਂ। ਸਾਲ ਬਾਅਦ ਤੁਹਾਡੀ ਇੱਕ ਡੇਟ ਆਈ ਜੋ ਤੁਸੀਂ ਲੈਂਡ ਹੋਏ, ਜਦੋਂ ਧਰਤੀ 'ਤੇ ਆਏ ਆਪਣੇ ਸਾਰੇ ਆਪਣੀ ਮਾਂ ਦੇ ਪੇਟ ਦੇ ਗਰਭ ਵਿੱਚ ਆਪਾਂ ਬਾਹਰ ਆਏ, ਉਹ ਇੱਕ ਤਰੀਕ ਆ ਕਿ ਅੱਜ ਆਪਾਂ ਧਰਤੀ 'ਤੇ ਆਹ ਤਰੀਕ ਆਹ ਵਾਰ ਨੂੰ ਆਪਾਂ ਜਨਮ ਲਿਆ। ਪਰ 1 ਸਾਲ ਬਾਅਦ ਜਦੋਂ ਡੇਟ ਦੁਬਾਰਾ ਆਈ, ਆਪਾਂ ਸੋਚੀਏ ਆਪਣੇ ਕੋਲ ਕਿੰਨੀਆਂ ਗਲਤੀਆਂ ਹੋਈਆਂ, ਕਿੰਨੀਆਂ ਆਪਾਂ ਰਿਲਾਈਜ਼ ਕੀਤੀਆਂ, ਕਿੰਨੀਆਂ ਕਰ ਰਹੀਆਂ। ਇੱਕ ਟਾਰਗੇਟ ਰੱਖੋ, ਏਮ ਰੱਖੋ, ਹੋਬੀਜ਼ ਰੱਖੋ, ਇਹੋ ਹੀ ਸਾਡਾ ਜਨਮਦਿਨ ਹੁੰਦਾ। ਬਾਕੀ ਮੈਂ ਲੋਹੜੀ ਦੀਆਂ ਦੀਵਾਲੀ ਦੀਆਂ ਵਧਾਈਆਂ ਕਿਸੇ ਨੂੰ ਦਿੰਦਾ ਨਹੀਂ ਹੁੰਦਾ। ਇਹੋ ਹੀ ਆ ਵੀ ਕੱਲ੍ਹ ਚਾਈਨਾ ਡੋਰ ਦੇ ਨਾਲ ਜਿਹੜੇ ਇੰਨੇ ਇੰਨੇ ਨੁਕਸਾਨ ਹੋਏ ਆ, ਕੱਲ੍ਹ ਪਰਸੋਂ ਵੀ ਇੱਕ ਹਾਲ ਗੇਟ ਦੇ ਲਾਗੇ ਖਬਰ ਆਈ ਆ ਵੀ ਆ ਬੱਚੇ ਕਿੱਦਾਂ ਥੋੜ੍ਹਾ ਇੱਥੋਂ ਨਸ ਕੱਟੀ ਗਈ ਆ। ਮੈਂ ਇਹੋ ਸਾਰੇ ਵੀਰਾਂ ਨੂੰ ਕਹੂੰਗਾ ਜੇ ਕਿਹਨੇ ਸੈਲੀਬ੍ਰੇਟ ਕਰਨਾ ਅੱਬਲ ਤਾਂ ਸਾਨੂੰ ਤਾਂ ਗੁੜੀ ਡਾਉਣ ਦੀ ਜਾਇ ਨਹੀਂ, ਅਸੀਂ ਤਾਂ ਡਾਉਣੀਆਂ ਨਹੀਂ ਆ। ਇੰਡੀਅਨ ਡੋਰ ਨਾਲ ਯੂਜ਼ ਕਰਿਓ ਵੀ ਮਾੜਾ ਮੋੜੀ, ਬਾਕੀ ਆਪਣੇ ਘਰ ਜਾਣਾ ਸੈਲੀਬ੍ਰੇਟ ਕਰੋ, ਵੱਧ ਤੋਂ ਵੱਧ ਘਰ ਰਹੋ। ਠੰਡ ਬਹੁਤ ਜ਼ਿਆਦਾ ਆ, ਕਈ ਲੋਹੜੀ ਵਾਲੇ ਦਿਨ ਕਈਆਂ ਦੇ ਪਰਚੇ ਹੋਏ ਨੇ ਆ, ਕਈਆਂ ਨੇ ਲੜ ਝਗੜ ਜਾਣਾ, ਵੇਸਟ ਮਣੀ ਹੋਣੀ ਆ। ਸਾਡਾ ਲੋਹੜੀ 'ਤੇ ਇਹੋ ਹੀ ਇੱਕ ਮੈਸੇਜ ਹੈਗਾ ਵਾ ਵੀ ਚਾਈਨਾ ਡੋਰ ਨੂੰ ਵੱਧ ਤੋਂ ਵੱਧ ਅਵੋਇਡ ਕਰੋ। ਆਖੇ ਤੁਸੀਂ ਵੈਸੇ ਮੇਰੇ 'ਤੇ ਲੱਗਣਾ ਨਹੀਂ ਆ, ਅਤੇ ਸਾਡਾ ਫਰਜ਼ ਆ ਫਿਰ ਵੀ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਨੀਆਂ। ਅੱਜ ਤੁਹਾਨੂੰ ਆਪਾਂ ਲਾਈਵ ਜਿਹੜੇ ਸਾਡੇ ਮੁੰਡੇ ਵਰਕਆਊਟ ਕਰਦੇ ਆ, ਇੰਸਟਾਗ੍ਰਾਮ 'ਤੇ ਵੀਡੀਓ ਪਾਈਆਂ, ਉੱਥੇ 1 ਮਿੰਟ ਦੀ ਵੀਡੀਓ ਪੀਤੀ ਜਾਂ 1.5 ਮਿੰਟ ਦੀ। ਸਾਡੇ ਜਿਹੜੇ ਚੰਡੇ ਆ, ਪੂਰੇ ਚੰਡੇ ਆ ਟੋਕੇ ਵਰਗੂ, ਉਹ ਮੁੰਡੇ ਵਰਕਆਊਟ ਕਰ ਰਹੇ ਆ, ਨਾਲ ਦੀ ਨਾਲ ਐਕਸਰਸਾਈਜ਼ ਦੀ ਆਪਾਂ ਕਰੀ ਜਾਵਾਂਗੇ, ਨਾਲ ਨਾਲ ਗੱਲਾਂ ਬਾਤਾਂ ਕਰੀ ਜਾਵਾਂਗੇ। ਸਾਰੇ ਵੀਰ ਕੱਲ੍ਹ ਲੋਹੜੀ ਵਾਲੇ ਦਿਨ ਆਪਣਾ ਆਪ ਖਿਆਲ ਰੱਖਿਓ, ਆਪਣੇ ਹੱਥੀ ਆਪਣਾ ਆਪੇ ਹੀ ਕਾਰ ਸਵਾਰੀਏ, ਵਧੀਆ ਵਧੀਆ ਤਿਉਹਾਰ ਸੈਲੀਬ੍ਰੇਟ ਕਰਿਓ। ਠੀਕ ਆ, ਖਾਓ ਵੀ ਪੀਓ ਵੀ, ਮੌਫਲੀ ਖਾਓ, ਰੇੜੀਆਂ ਖਾਓ, ਇੱਕ ਵੱਖਰੀ ਚੀਜ਼ ਆ। ਪਰ ਕੋਸ਼ਿਸ਼ ਕਰੋ ਕਿ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਸਾਰੇ ਜਣੇ ਤਿਉਹਾਰ ਨੂੰ ਖੁਸ਼ੀਆਂ ਮਨਾਓ, ਅਤੇ ਪਰਮਾਤਮਾ ਕਰੇ ਤੁਹਾਨੂੰ 9 ਨਿਧੀਆਂ ਅਤੇ 18 ਸਿੱਧੀਆਂ ਹੋਣ। ਤੁਹਾਨੂੰ ਆਪਾਂ ਕੈਮਰਾਮੈਨ ਨੂੰ ਕਹਾਂਗੇ ਅੱਗੇ ਆ ਜਾਓ ਮੈਡਮ। ਵੇਖੋ ਕਈ ਕਹਿੰਦੇ ਡੰਡ ਮਾਰਨਾ ਬੰਦਾ ਛੋਟਾ ਹੋ ਜਾਂਦਾ, ਆਹ ਨਾ ਕਰੋ। ਅਸੀਂ ਡੰਡ ਵੀ ਮਰਵਾਏ, ਸਭ ਕੁਝ ਕੀਤਾ, 4 ਇੰਚ ਲੰਬਾ ਕੀਤਾ ਜੀ, ਠੀਕ ਆ, ਤੇ 3-4 ਇੰਚ ਅਸੀਂ ਹੋਰ ਲੰਬਾ ਕਰ ਦੇਣਾ ਜੀ। ਮੇਨ ਹੁੰਦੀ ਆ ਗਾਈਡਨੈਂਸ ਵਧੀਆ ਹੋਵੇ, ਹੁਣ ਤੁਹਾਡੇ ਸਾਹਮਣੇ ਜਦੋਂ ਡੰਡ ਮਾਰੇਗਾ ਵੇਖੋ ਐਂਗਲ ਜਿਹਾ ਕਰੋ, ਜਿਨ੍ਹਾਂ ਦੇ ਘਰ ਦੇ ਵਿੱਚ ਭੁਲੇਖੇ ਹੈਗੇ ਆ, ਕਿਉਂਕਿ ਭੁਲੇਖਾ ਇੱਕ ਬੜੀ ਵੱਡੀ ਚੀਜ਼ ਆ, ਦੂਰ ਕੱਢਣਾ ਬਹੁਤ ਜ਼ਰੂਰੀ ਆ। ਗੁਰਪ੍ਰਸਾਦ ਭਰਮਤਾ ਨਾਸ, ਭਰਮੇ ਭੁੱਲਾ ਦੈਦਿਸ ਧਾਵੇ, ਨਿਮਕ ਮੈਂ 4 ਘੁੰਡ ਫਿਰ ਆਵੇ, ਇਹ ਭੁਲੇਖਾ ਹੀ ਆ। ਨਹੀਂ ਯਾਰ, 14 ਸਾਲ ਦਾ 15 ਸਾਲ ਦਾ ਮੁੰਡਾ ਜਿੰਮ ਨਹੀਂ ਭੇਜਣਾ, ਛੋਟਾ ਰਹਿਣੇਗਾ, ਇਹ ਲੜਕਾ 100-100 ਡੰਡ ਮਾਰ ਜਾਂਦਾ, ਛੋਟਾ ਰਿਹਾ ਨਹੀਂ, ਨਾ ਹੀ ਰਹਿਣ ਦੇਣਾ। ਠੀਕ ਆ, ਇਹ ਜਿਤਨੇ ਦਾ ਨਾਮ ਆ, ਆਹ ਵੀਰ ਆਪਣਾ ਨਵਾਂ ਆਇਆ, ਇਹਨੇ ਭਰ ਕੇ ਆਇਆ 10-15 ਕਿਲੋ ਸਾਗਰ ਵਾਲੇ, ਤੁਸੀਂ ਜਾਂਦੇ ਸਾਗਰ ਦੇ ਇੰਟਰਵਿਊ ਲੈਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਸਾਡੇ ਸਿੰਘ ਸਾਹਿਬ ਵੀ ਤੁਹਾਨੂੰ ਆਪਣੀ ਮਾੜੀ ਜੋ ਵੀ ਆਪਣਾ ਇਹਨਾਂ ਕੋਲ ਫੋਨ ਹੈਗਾ ਉਹ ਮਾੜੇ ਵਾਲੇ ਖਵਾਉਣਗੇ। ਹਾਂਜੀ, ਇਹ ਆਪਣਾ ਕਮਾਂਡੋ, ਕਮਾਂਡੋ ਆਪਣਾ ਸਟੈਲ ਦਾ ਖਾਓਗੇ। ਹਾਂ, ਯੂਟਿਊਬ 'ਤੇ ਆਪਣਾ ਸਟੈਲ ਮਾਰੋ ਆਪਣਾ। ਆਹ ਦੇਖੋ, ਆਹ ਜੇ ਕਮਾਂਡੋ ਨਾ ਕਰੋ ਕਮਾਂਡੋ, ਆਹ ਦੇਖੋ ਕਿੰਨਾ ਬੁਲਾਓ।
ਇਹ ਵੀ ਲੜਕਾ 15 ਸਾਲ ਦਾ ਹੈ। ਪੋਸਾ ਬੜੇ ਸਾਰੇ ਜਾਣਦੇ ਆ ਜਿਨ੍ਹਾਂ ਨੇ ਕਿ ਬੜਾ ਪਿੱਛੇ ਜਿਹੇ ਡੈਲੇ ਚੱਲਿਆ ਸੀ ਕੋਠੇ ਚੀਨੇ ਕਬੂਤਰ। ਚਲੋ ਇਹ ਡੈਲਾ ਲਾਓ ਬਣਾ ਸਕੋ, ਇਹ ਲਾਓ ਬਈ, ਤੁਹਾਨੂੰ ਦੱਸਿਆ ਨਹੀਂ, ਲਾਓ ਡੈਲੰਗ ਮਾਰੋ ਬਣਿਆ, ਡੈਲੰਗ ਲਾ ਦਿਓ। ਲੋਹੜੀ ਬਾਰੇ ਸੋਚੋ, ਮੈਂ ਆਇਆ ਤੁਹਾਡੇ ਕੋਲ, ਸੋਚੋ ਮਾੜਾ, ਸੋਚੋ ਇਹ ਵੀ 4-5 ਕਿਲੋ ਬਾਬਾ ਜੀ ਭਾਰ ਘਟਾ ਰਹੇ ਆ, ਸਾਡੇ ਦਮਦਮੇ ਟਕਸਾਲ ਦੇ ਬਹੁਤ ਵਧੀਆ ਇਨਸਾਨ ਆ, ਬੜਾ ਵਧੀਆ ਐਕਸੇ ਲਾਉਂਦੇ ਆ। ਮੈਂ ਜੋ ਇੱਕਦਮ ਮਾੜਾ ਗੁੱਸਾ ਕਰ ਗਿਆ ਜੀ, ਫਿਰ ਸਾਡੇ ਪਰਿਵਾਰ ਦੇ ਮੈਂਬਰ ਹੀ ਬਣ ਗਏ ਆ। ਇਹ ਵੀ ਕਹਿੰਦੇ ਮੈਂ ਯੂਟਿਊਬ ਚੈਨਲ ਚਲਾਉਣਾ ਹੁਣ, ਇਹ ਵੀ ਗੁਰਦਾਸਪੁਰ ਨਵੇਂ ਆਏ ਬੜੀ ਵਧੀਆ ਐਕਸੇ ਕਰਦੇ ਆ। ਅਤੇ ਫੌਜੀ ਸਾਹਿਬ ਤੁਹਾਨੂੰ ਪਤਾ ਸਟੈਲ ਕਿੰਗ ਹੈਗੇ ਆ, ਸਟੈਲ ਮਾਰਦੇ ਫੌਜੀ ਸਾਹਿਬ ਘਰੇ, ਜਿਹੜੇ ਤੁਸੀਂ ਸਾਰੇ ਜਣੇ ਜਾਣਦੇ ਹੈ, ਠੀਕ ਆ। ਬਾਬਾ ਗੋਗੀ ਜੀ, ਬਾਬਾ ਜੀ ਤੁਹਾਡੀ ਹੁਣ ਕਿੰਨੀ ਹੈ ਗੋਗੀ, 52 ਸਾਲ ਕਿ 53? ਹਾਂ ਜੀ, ਆ 52 ਆ, ਪਰ ਤੀਬੂ ਨੂੰ ਕਰਦਾ 18 ਸਾਲ ਦਾ। ਪ੍ਰਮੋਸ਼ਨ ਹੋਈ ਆ, ਤੁਸੀਂ ਹੁਣ ਕਿਹੜੇ ਲੈਵਲ ਦਾ ਠੀਕ ਹੈ ਜੀ? ਤੇ ਜੁਆਇਨਿੰਗ ਕਿਥੋਂ ਤੁਹਾਡੀ? ਸਹੀ, ਮੇਰੀ ਟ੍ਰੇਨਿੰਗ ਹੋ ਗਈ ਆ 1 ਤਰੀਕ ਦੀ ਹੋਈ ਆ, 1-1-2024 ਦੀ ਜੁਆਇਨਿੰਗ ਹੋਈ ਮੇਰੀ। ਤੇ ਤਾਂ ਇਹਨਾਂ ਦੀ ਪਾਰਟੀ ਜਿਹੜੇ 4 ਪਾਰਟੀਆਂ ਪਈਆਂ, ਕਿਹੜੇ ਮਹੀਨੇ ਕਰਾਓਗੇ? ਤਾਂ ਜੀ ਜਿਹੜਾ ਕੋਈ ਸਾਹਿਬ ਆ ਜਾਣਗੇ ਜਾਸੀ ਭਾਈ, ਉਹ ਜਨਾਂ ਆਪਾਂ ਕਰਾ ਲਾਂਗੇ। ਠੀਕ ਹੈ ਜੀ। ਇਹ ਮੁੰਡਾ ਸਾਜ ਰਿਹਾ, ਇਹ ਵੀ ਬੜਾ ਵਧੀਆ ਐਕਸੇ ਕਰਦਾ, ਇਹ ਪ੍ਰਿੰਟ ਬਹੁਤ ਵਧੀਆ ਪਾਉਂਦਾ, ਆਹ ਵੇਖੋ ਇਹਦੀ ਪ੍ਰਿੰਟ ਬਹੁਤ ਵਧੀਆ ਹੁੰਦੀ ਆ, ਆਹ ਵਾਲ ਵੂਲ ਵੇਖੋ, ਮੁੰਡਾ ਸਟਾਈਲਿਸ਼ ਆ। ਇਹ ਵੀ ਤੁਹਾਨੂੰ ਆਪਣਾ ਕੋਈ ਕਾਰਨਾਮਾ ਕਿਹਾਊਗਾ। ਅਤੇ ਆਹ ਸਾਡਾ ਗੁਰਦੀਪ ਸਿੰਘ ਆ, ਵੇਖੋ ਕੀ ਕਰਨ ਦਿਆ, ਵੇਖੋ ਲਓ ਲਓ ਲਓ, ਡੰਬਲ ਸ਼ੋਲਡਰ ਹੈਵੀ ਆ, ਡੰਬਲ ਲਾਉਣਾ ਸਟੈਲ ਮਾਰ ਰਿਹਾ ਜੀ, ਹੈ ਇਹਦੀ ਡੰਬਲ ਨਾਲ ਲਓ ਜੀ, ਸ਼ਾਬਾਸ਼, ਲਾ ਦੇ 12, 11, 10, 9, 8, 7, 6, 5, 4, 3, 2, 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 39, 40, 41, 42, 43, 44, 45, 46, 47, 48, 49, 50, 51, 52, 53, 54, 55, 56, 57, 58, 59, 60, 61, 62, 63, 64, 65, 66, 67, 68, 69, 70, 71, 72, 73, 74, 75, 76, 77, 78, 79, 80, 81, 82, 83, 84, 85, 86, 87, 88, 89, 90, 91, 92, 93, 74, 75, 76, 77, 78, 89, 90, 91, 92, 93, 74, 75, 76, 77, 78, 89, 90, 91, 92, 93, 74, 75, 76, 77,
ਸਾਡੇ ਕੋਲ ਕੋਈ ਗਿੱਦੜ ਸੀਗੀ ਨਹੀਂ ਹੈਗੀ, ਨਾ ਸਾਡੇ ਕੋਲ ਸੱਪ ਦਾ ਯਾਰ ਹੈਗਾ ਜੇ, ਸਾਡੇ ਕੋਲ ਆਹ ਜਿਹੜਾ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੇ, ਅਸੀਂ ਅਹਿਣ ਮੱਤ ਵੇਦ ਹਥਿਆਰ ਅਸੀਂ ਇਹਨੂੰ ਚੰਡ ਘਰਾਦੇ ਹਾਂ, ਜਦੋਂ ਆਹ ਚੰਡੀ ਗਈ ਇਹ ਆਪੇ ਚੰਡਿਆ ਗਿਆ ਮਨ, ਬਸ ਇਹੋ ਕੁਛ ਹੈਗਾ ਜੇ। ਅੱਜ ਹੀ ਵੇਖ ਲਓ ਕੱਲ੍ਹ ਲੋਹੜੀ ਆ, ਜਿੰਮ ਸਾਰੇ ਖਾਲੀ ਜੇ, ਸਾਡੇ ਮੁੰਡੇ ਵਧੀਆ ਐਕਸਰਸਾਈਜ਼ ਕਰ ਰਹੇ ਹੋ, ਡਾਕਟਰ ਸਾਹਿਬ ਵੀ ਆ ਗਏ ਆ, ਡਾਕਟਰ ਸਾਹਿਬ ਵੇਖੋ ਆ ਗਏ ਸਾਡੇ ਕੋਲ ਪਹੁੰਚ ਚੁੱਕੇ ਆ, ਡੈਂਟਲ ਡਾਕਟਰ ਸਾਹਿਬ ਇੱਥੇ ਬੜੇ ਬੜੇ ਸਾਰੀਆਂ ਮਹਾਨ ਹਸਤੀਆਂ ਆ, ਮੈਨੂੰ ਛੱਡ ਕੇ ਸਾਰੇ ਯੋਧੇ ਹੀ ਆ, ਠੀਕ ਆ। ਜਰਨੈਲ ਸਿੰਘ, ਚਲੋ ਜੀ ਜਰਨੈਲ ਸਿੰਘ 100 ਦੇ 14-15 ਰਿਹਾ ਬਲਾਉਣਗੇ, ਵਿਦਾਊਟ ਵਾਰਮ ਅਪ ਆਉਣਾ ਜੀ। ਜੇ ਕਿਸੇ ਵੀਰ ਨੇ ਗੱਡੀਆਂ ਦੀ ਪੈਂਟਿੰਗ ਪੈਂਟਿੰਗ ਕੀਤੀ ਹੋਵੇ ਇਹਦੇ ਨਾਲ ਕੰਟੈਕਟ ਕਰੇ, ਨੰਬਰੇ ਦਾ ਪਤਾ ਕਿ ਸਾਰੇ ਨੇ, ਬਾਕੀ ਕੰਮ ਵੀ ਚਲਾ ਕਰੋ। ਫ੍ਰੀ ਜ 15 ਰੈਪ ਲਾਊਗਾ 100 ਨੂੰ ਤੇ ਦੌੜ ਵਾਰਮ ਅਪ ਬਾਬਾ ਹੀ ਇਕੱਲੇ ਜਾਂਦੇ ਆ। ਕੋਚ ਨੂੰ ਇੱਥੇ ਕਿਤੇ ਖੜਾ ਹੋਏ ਕਹਿੰਦੇ ਵੀ ਇੱਧਰ ਲਾ,
ਠੀਕ ਆ, ਹਕੀਮ ਗਿਰੀ ਆ ਨਹੀਂ ਸਾਡੀ ਡੰਡ ਮਾਰ ਮਾਰ ਕੇ ਲੋਹਾ ਬਣਾਏ, ਲੋਹਾ ਪੱਥਰ ਪੱਥਰ ਦੱਸੋ ਤੈਨੂੰ ਕੋਈ ਇੰਜਰੀ ਆਈ ਆ? ਨਹੀਂ ਭਾਜੀ ਕੋਈ ਇੰਜਰੀ ਨਹੀਂ, ਕੋਈ ਪੱਟੀ ਨਹੀਂ ਬੰਨੀ, ਕੋਈ ਕੁੱਖ ਨਹੀਂ ਬੰਨਿਆ, ਕੁੱਖ ਨਹੀਂ ਬੰਨਾ, ਨਹੀਂ ਸਰ ਬੈਲਟ ਵੀ ਨਹੀਂ ਲਾਈ ਹੋਈ ਇੱਕ ਰੂਪ ਕਰਕੇ ਪਾ ਲਓ ਆ ਵੀ ਲਗਾ ਇਹ ਤਾਂ ਨਹੀਂ। ਆ ਵੇਖੋ ਆ ਵੀ ਜਿਮ ਚ ਆਇਆ ਹੀ ਆ, ਇਹਨੇ 30-35 ਪਾਰੋਂ ਸਭ ਡਗਾ ਗਈਆਂ, ਵੇਖੋ ਸਭ ਤੋਂ ਔਖੀਆਂ, ਤਾੜੀ ਮਾਰੋ ਵੀਰ ਵਾਸਤੇ। ਇਹਨੇ ਲਾਈ ਜਾਣੀ ਆ ਰਹੀ ਮੈਂ ਬੁਲਚੇ ਖਾ ਗਿਆ ਸਾਡਾ ਜਿਮ ਦੀ ਆਮ ਤੇ ਸ਼ਾਂਤ ਸਾਡੀ ਜਿੰਦ ਜਾ। ਮੈਂ ਤੈਨੂੰ ਬਾਰ ਬਾਰ ਕਹਿੰਦਾ ਵੀ ਜੇ ਲੜਕੇ ਕਿਸੇ ਦੇ ਵਿੱਚ ਮਿਹਨਤ ਦਾ ਪਾਗਲਪਣ ਹੈਗਾ ਸਾਰੇ ਜਿਮ ਚੋਂ ਇੱਕ ਨੰਬਰ ਦੇ ਵਿੱਚ ਦੱਸੋ ਕੀ ਨਾਂ ਆ? ਇੱਕ ਕੋਡਵਲਡ 8 ਇੰਚ 8 ਇੰਚ ਹੈਨਾ ਬੇਟਾ, ਦੋਹਰਾ ਡੰਡ ਮਾਰਨਾ 4 ਫੁੱਟ ਉੱਪਰ ਜਾਣਾ ਤੇ 4 ਫੁੱਟ ਥੱਲੇ, ਥੱਲੇ ਕਿੱਥੇ ਗਰਮ ਕਰ ਦੋ ਮਾੜਾ ਜਿਹਾ 10 ਮਾਰਨ ਕਿੱਦਾਂ ਫੋਨ ਨਾ ਟੁੱਟੀ ਮੇਰਾ ਇੱਧਰੋਂ ਆਇਆ ਇੱਧਰੋਂ ਆਇਆ ਤੂੰ ਗਰਮ ਹੋ ਗਲਾਸ ਦੇ ਪੱਟਾਂ ਵਾਲੇ ਪੱਟ ਲਾ ਰਹੇ ਪੱਟਾਂ ਛੇ ਸੌ ਰੰਗਾ ਕਿਆ ਕਰੋ ਦੇਖੋ ਇੱਧਰੋਂ ਆਇਆ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ। ਅਰੇ ਬੰਦੇ ਨੇ ਜਿੰਨੀਆਂ ਗਲਤੀਆਂ ਕੀਤੀਆਂ ਨਾ ਇਹਨੂੰ ਸਭ ਤੋਂ ਵੱਧ ਮਾਫ਼ ਕੀਤਾ ਜੇ। ਮੈਂ ਤੋਂ ਕੁਛ ਨਹੀਂ ਮੰਗਦਾ, ਮੈਂ ਇੱਕੋ ਗੱਲ ਕਹਿੰਦੇ ਨਾ ਸ਼ੈਲੇ ਛੁੱਟੀ ਕਰਨੀ ਆ, ਫੋਨ ਕਰਦੇ ਮੈਸੇਜ ਕਰਦੇ ਹੋ ਕਿ ਜਾਣਾ ਹੋਰ ਤਾਂ ਕੁਛ ਕਹਿੰਦਾ। ਹੁਣ ਅੱਜ ਵਲੌਗ ਦੇ ਵਿੱਚ ਵਰਲਡ ਦੇ ਵਿੱਚ ਯੂਟਿਊਬ ਜਾਣਾ ਤੇ ਸਾਰਿਆਂ ਨੂੰ ਕਹਦੇ ਵੀ ਇਹ ਜੇ ਲਾਸਟ ਗਲਤੀ ਹੋਏਗੀ ਲਾਸਟ ਖਤਮ ਕਹਾਣੀ ਖਤਮ ਆਪੇ ਕੋਲ ਬਣਿਆ ਤੇਰੇ ਮੂੰਹ ਚੰਗਾ ਨਾ ਸੋਨਾ ਸਰ ਜੀ। ਇਹ ਮੇਰੀ ਜੇ ਹੁਣ ਅੱਜ ਤੋਂ ਬਾਅਦ ਤੁਹਾਨੂੰ ਮੈਂ ਬਿਨਾਂ ਦੱਸਿਆ ਛੁੱਟੀ ਕਰਾਂਗਾ ਜਾਂ ਨਾ ਇਨਫੋਰਮ ਕਰੂੰਗਾ ਤਾਂ ਮੇਰੀ ਲਾਸਟ ਗਲਤੀ ਹੋਏਗੀ, ਇਸ ਤੋਂ ਬਾਅਦ ਤੁਸੀਂ ਮੈਨੂੰ ਕਦੀ ਭਾਵੇਂ ਮਾਫ਼ ਨਾ ਕਰਿਓ ਸਰ ਜੀ। ਇਹਦੇ ਵਿੱਚ ਫਾਇਦਾ ਕੀਦਾ? ਤਾਂ ਜੀ ਮੇਰਾ ਹੀ ਫਾਇਦਾ ਹੈਗਾ ਬਾਕੀ ਜੇ ਮੈਂ ਜਿਮ ਆਵਾਂਗਾ ਤਾਂ ਮੇਰਾ ਹੀ ਫਾਇਦਾ ਹੈਗਾ, ਮੈਂ ਹੀ ਤਗੜਾ ਹੋਵਾਂਗਾ। ਕੀ ਮੰਗਦੇ ਤੇਰੇ ਕੋਲ ਦੱਸ? ਕੁਝ ਮੰਗਦੇ ਕੁਛ ਵੀ ਨਹੀਂ, ਇਨਫੋਰਮ ਕਰ ਦਿਆਂਗਾ ਜੇ ਨਹੀਂ ਆਉਣਾ ਹੈਗਾ ਤੇ ਤੁਹਾਨੂੰ ਆਗਲੇ ਡਬਲ ਐਕਸਲ ਪਾ ਦਿਆ ਕਰਾਂਗਾ। ਇੱਕੋ ਜਿਮ ਹੈਗਾ ਜੀ ਜਿਹਦੇ ਵਿੱਚ ਤੁਹਾਨੂੰ ਦੱਸਣਾ ਪੈਂਦਾ ਜੀ ਤੇ ਫੋਟੋਗ੍ਰਾਫਰ ਦੇ ਪੈਸੇ ਮਾਰ ਦਿੰਦੇ ਬਾਕੀ ਸਾਰੇ ਮਿਲ ਜਾਂਦੇ ਆ। ਆਹ ਵੇਖੋ ਬਾਬਾ ਜੀ ਵੇਖੋ ਜੋਧੇ, ਕਈ ਲੋਕੀ ਕਹਿੰਦੇ ਨਹੀਂ ਯਾਰ ਜੇ ਤੁਸੀਂ ਮੀਟ ਨਹੀਂ ਖਾਣਾ ਬੋਡੀ ਨਹੀਂ ਬਣਨੀ, ਆਹ ਨਹੀਂ ਖਾਣਾ ਉਹ ਨਹੀਂ ਹੋਣਾ ਸਰੀਰ ਦੀਆਂ ਲੋੜਾਂ, ਉਹਨਾਂ ਪੂਰਾ ਗੁਰਸਿੱਖੀ ਦੇ ਵਿੱਚ ਰਹਿ ਗਏ ਪੂਰੇ ਖਾਲਸ ਦੇ ਵਿੱਚ ਰਹਿ ਗਏ। ਕਿੰਨੇ ਸਾਲ ਹੋ ਗਏ ਬਾਬੇ ਤੁਹਾਨੂੰ ਕਰਨਾ ਜੁੜੇ? 10 ਸਾਲ ਹੋ ਗਏ ਆ ਤੇ 2 ਬੱਚੇ ਆ, ਬੋਡੀ ਤੁਸੀਂ ਇੱਦਾਂ ਚੈੱਕ ਕਰ ਸਕਦੇ ਮਤਲਬ ਕਿ ਪੋਜ ਮਾਰਨ ਦੀ ਲੋੜ ਨਹੀਂ ਹੈਗੀ, ਡੇਲੀ ਵਰਕਆਊਟ ਕਰਦੇ ਆ ਵਧੀਆ ਬੋਡੀ ਆ। ਇਹ ਕਿ ਮੈਸੇਜ ਹੈਗਾ ਵਾ
ਜਿਹੜੇ 1 ਤਰੀਕ ਤੇ ਸੋਮਵਾਰ ਵਾਲੇ ਹੁੰਦੇ ਨਾ ਬਹਾਨੇਬਾਜ਼, ਇਹ ਉਹਨਾਂ ਨੂੰ ਇੱਕ ਬੜਾ ਵੱਡਾ ਮੈਸੇਜ ਆ ਵੀ ਨਾ ਤੁਹਾਡੀ 1 ਤਰੀਕ ਆਉਂਦੀ ਨਾ ਤੁਹਾਡਾ ਸੋਮਵਾਰ ਆਉਂਦਾ ਜੀ। ਇਹ ਵੀਰਾਂ ਦੇ ਵੇਖ ਕੇ ਮੋਟੀਵੇਸ਼ਨ ਲਓ, ਹੁਣ ਤੁਹਾਨੂੰ ਸਿਰਫ ਇੱਕ ਦੋ ਪੋਜ਼, ਇੱਕ ਬਾਈਸੈਪਸ ਪੋਜ਼ ਦਿਓ ਤੇ ਇੱਕ ਲੈਟਸ ਪੋਜ਼ ਦਿਓ। ਹੁਣ ਸਾਡੇ ਸਿੰਘ ਸਾਹਿਬ ਵੀ ਆਏ ਨੇ, ਇਹਨਾਂ ਨੇ ਇਹਦੇ ਨਾਲ ਗਲਤੀ ਕੀਤੀ ਤੇ ਇਹ ਕਹਿੰਦੇ ਵੀ ਆਹ ਲਓ ਉਸਤਾਦ ਜੀ ਸੋਟੀ ਤੇ ਖੜਕਾਓ ਮਾੜੀ ਜੀ। ਮੈਂ ਕਿਹਾ ਵੀ ਦੇਖ ਸੋਟੀ ਖੜਕਾਉਣ ਨਾਲ ਮੈਂ ਵੱਡਾ ਨਹੀਂ ਹੋਏਗਾ ਤੇ ਤੂੰ ਛੋਟਾ ਨਹੀਂ ਹੋਏਗਾ, ਤੂੰ ਰਿਲਾਈਜ਼ ਕਰ ਲਿਆ ਇੰਨਾ ਹੀ ਬੜਾ ਨਹੀਂ। ਕਹਿੰਦੇ ਬੜੇ ਥਾਪੜਾ ਮਾਰੋ, ਮੈਂ ਕਿਹਾ ਨਹੀਂ, ਪਰ ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ, ਮੈਸੇਜ ਕਰਨਾ, ਫੋਨ ਕਰਨਾ ਜੇ ਛੁੱਟੀ ਕਰਨੀ ਆ। ਸਵੇਰੇ ਵੀ ਕਹਿ ਐਕਸੀ ਲਾ ਗਿਆ ਵੱਡਾ, ਹੁਣ ਮੈਂ ਸਲਵਾਤਾ ਮੈਂ ਕੱਲ੍ਹ ਦਾ, ਪਰ ਕਹਿੰਦਾ ਵੀ ਜਿੰਨੀ ਦੇਰ ਤੱਕ ਮੈਂ ਇੱਥੇ ਆ ਕੇ ਆਰਣ ਜਾਵਾਂ, ਦਰਸ਼ਨ ਨਾ ਕਰ ਜਾਵਾਂ ਜਾਂ ਦਰਸ਼ਨ ਦੇ ਨਾ ਜਾਵਾਂ, ਤੇ ਕਹਿੰਦਾ ਵੀ ਥੋੜ੍ਹਾ ਐਂ ਜਿੱਦਾਂ ਕੋਈ ਚੀਜ਼ ਨਾ ਖੁੰਝ ਹੁੰਦੀ। ਚਲੋ ਮੈਸੇਜ ਕਰ ਦਿਓ ਇੱਕ ਵਰਕਆਊਟ ਕਰੋ ਵੱਧ ਤੋਂ ਵੱਧ, ਅੱਜ ਦੇ ਜਿਹੜੀ ਨੌਜਵਾਨੀ ਪੀੜ੍ਹੀ ਨੂੰ ਆਪਣਾ ਕੋਈ ਵਿਚਾਰ ਦੇ ਦਿਓ। ਵਾਹਿਗੁਰੂ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਰਿਆਂ ਨੂੰ ਬੇਨਤੀ ਹੈ ਇਸ ਤਰ੍ਹਾਂ ਵਾ ਕਿ ਜੇ ਆਪਣਾ ਮਨ ਰੋਗੀ ਆ ਤਾਂ ਤਨ ਵੀ ਰੋਗੀ ਆ, ਤੇ ਮਨ ਨੂੰ ਸਵਸਥ ਰੱਖਣ ਵਾਸਤੇ ਆਪਾਂ ਨੂੰ ਬਾਣੀ ਪੜ੍ਹਨੀ ਪੈਂਦੀ ਹੈ, ਤਾਂ ਤਨ ਨੂੰ ਸਵਸਥ ਰੱਖਣ ਵਾਸਤੇ ਰਾਣੇ ਭਾਜੀ ਹੋਣਾ ਪੈਂਦਾ ਵਾ, ਤੇ ਇਸ ਕਰਕੇ ਇਹ ਦੋਵੇਂ ਚੀਜ਼ਾਂ ਜ਼ਰੂਰੀ ਆ, ਦੋਵੇਂ ਘੋੜੇ ਆਪਾਂ ਨੂੰ ਤਗੜੇ ਰੱਖਣੇ ਪੈਣੇ ਆ। ਤੇ ਇਸ ਕਰਕੇ ਆਪਾਂ ਨਿਤਨੇਮ ਹੈਗਾ ਕਿ ਨਿਤਨੇਮ ਇਹ ਹੋਏ ਕਿ ਜਿਹੜੀ ਰੂਟੀਨ ਵਿੱਚ ਕੰਮ ਮਿਲੇ ਉਹ ਆਪਾਂ ਕਰਨੇ ਆ, ਤੇ ਆਪਾਂ ਭੁੱਲ ਗਏ ਆ ਪਰ ਆਪਾਂ ਕਰ ਨਹੀਂ ਰਹੇ, ਤੇ ਆਪਾਂ ਜਿਹੜੀ ਆ ਫੌਜ ਆ ਨਾ ਬਿਲਕੁਲ ਤਿਆਰ ਬਰ ਤਿਆਰ ਹੈ, ਰਾਣੇ ਭਾਜੀ ਨੇ ਤਿਆਰ ਕੀਤੀ ਆ, ਤੇ ਆਪਣਾ ਸਰੀਰ ਪੱਖੋਂ ਵੀ ਤਗੜੇ ਆ, ਗੁਰੂ ਸਾਹਿਬ ਦੀ ਕਿਰਪਾ ਵਾ, ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਦਿਮਾਗ ਆ ਮਨ ਆ ਉਹ ਵੀ ਬੜਾ ਸਵਸਥ ਰੱਖਿਆ ਵਾ, ਤੇ ਕਿਸੇ ਨਾਲ ਵੀ ਬਹਿ ਕੇ ਆਪਾਂ ਗੱਲਬਾਤ ਕਰ ਸਕਦੇ ਹਾਂ, ਜਿਹੜਾ ਬ੍ਰਹਮ ਦਾ ਵਿਚਾਰ ਰੱਖਦਾ ਸਾਡੇ ਨਾਲ ਰੱਖ ਲਏ ਗੱਲ ਕਰ ਲਈ ਸਿੱਧੀ ਬਹਿ ਕੇ। ਤੇ ਦੂਸਰੇ ਨੰਬਰ 'ਤੇ ਇਸ ਤਰ੍ਹਾਂ ਵਾ ਕਿ ਜਿਹੜੇ ਨਿਹੰਗ ਸਿੰਘ ਜਿਹੜੇ ਬਾਣੇ 'ਚ ਆ, ਸਾਡੀ 45 ਸਾਲ ਉਮਰ ਆ ਅਤੇ 3 ਬੱਚੇ ਆ, ਅਤੇ ਜੂਡੋ ਕਰਾਟੇ ਦੇ ਵਿੱਚ ਬਲੈਕ ਬੈਲਟ ਆ, ਅਤੇ ਫ੍ਰੀ ਸਟਾਈਲ ਆਪਣਾ ਦੂਸਰਾ ਇਸ ਤਰ੍ਹਾਂ ਵਾ ਕਿ ਗੱਤਕੇ ਵੱਲੋਂ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਆ, ਅਤੇ ਬਾਕੀ ਆਹ ਜਿਹੜੀ ਜਿਮ ਵਿੱਚ ਭਾਈ ਦਾ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੇ ਪੂਰਾ ਸਰੀਰ ਸੈੱਟ ਕੀਤਾ ਵਾ, ਅਤੇ ਬਿਲਕੁਲ ਐਂ ਫਲੈਕਸੀਬਿਲਟੀ ਪੂਰੀ ਆ, ਮੈਂ ਤਿਆਰ ਪਰ ਤਿਆਰ ਹਾਂ ਕਿ ਸਾਡੇ ਬਰਾਬਰ ਦਾ ਕੋਈ ਵੀ ਸਿੰਘ 45 ਸਾਲ ਦੀ ਉਮਰ 'ਚ ਬਾਣੇ ਦੇ ਵਿੱਚ ਹੋਵੇ, ਨਿਤਨੇਮ ਵੀ ਹੋਵੇ, ਸਾਡੇ ਨਾਲ ਆਣ ਕੇ ਬਰਾਬਰ ਦੀ ਐਕਸਰਸਾਈਜ਼ ਲਾ ਲਏ, ਜੋ ਮੂੰਹ ਮੰਗਿਆ ਨਾਮ ਅਸੀਂ ਆਪ ਦੇਵਾਂਗੇ। ਲੋਹੜੀ ਕਰਕੇ ਚਲੋ ਪਤਾ ਕੀ ਆ, ਬੱਚੇ ਸਾਰੇ ਹੀ ਆਏ ਆ, ਪਰ ਕਈਆਂ ਨੂੰ ਤੁਹਾਨੂੰ ਪਤਾ ਕਿ ਜਿਹੜੇ ਸੈਲੀਬ੍ਰੇਟ ਹੁੰਦੇ ਆ ਵੀ ਆਪਣਾ, ਕਈਆਂ ਨੇ ਆਪਣਾ ਸਮਾਨ ਵੇਚਣਾ ਹੁੰਦਾ, ਕਈਆਂ ਨੇ ਆਪਣੀਆਂ ਸ਼ੋਪ ਲਾਈਆਂ ਹੁੰਦੀਆਂ, ਉਹਨਾਂ ਨੂੰ ਵੀ ਕਮਾਈ ਕਰਨੀ ਆ, ਵਿੱਚੋਂ 20-25 ਮੁੰਡੇ ਜਿਹਨਾਂ ਨੇ ਲੋਹੜੀ ਕਰਕੇ ਆਪਣਾ ਚਲੋ ਲਾਇਆ ਹੋਣਾ ਉਹ ਨਹੀਂ ਆਏ, ਬਾਕੀ ਇਹ ਸਾਡਾ ਇੱਕ ਪਰਿਵਾਰ ਆ। ਇਹ ਜਿਮ ਦੇ ਵਿੱਚ ਪਲੀਜ਼ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ, ਉਹੋ ਹੀ ਵੀਰ ਅੰਦਰ ਪੌੜੀਆਂ ਚੜ੍ਹੇ ਕਿ ਜਿਹੜਾ ਵਾਕਿਆ ਪਰਿਵਾਰ ਦੇ ਵਿੱਚ ਪਰਿਵਾਰ ਬਣ ਕੇ ਰਹਿ ਸਕਦਾ, ਠੀਕ ਆ। ਅਸੀਂ ਆਪਣੀ ਮਨ ਮਰਜ਼ੀ ਕਿਸੇ ਨੂੰ ਨਹੀਂ ਕਰ ਦਿੰਦੇ, ਭਾਵੇਂ ਉੱਥੋਂ ਜਿਹੜਾ ਮਰਜ਼ੀ ਆਉਂਦਾ ਹੋਵੇ ਅਤੇ ਜਿਹੜਾ ਮਰਜ਼ੀ ਹੋਵੇ ਅਤੇ ਭਾਵੇਂ ਨਾ ਹੋਵੇ, ਫਾਇਦਾ ਬੰਦੇ ਦਾ ਹੁੰਦਾ ਜੇ। ਅਸੀਂ ਆ ਡਾਕਟਰ ਸਾਹਿਬ ਵੀ ਆ, ਡਾਕਟਰ ਸਾਹਿਬ ਇੱਧਰ ਤੁਸੀਂ ਬੈਂਕ ਚੁੱਕੀ ਫਿਰਦੇ ਜੇ, ਘਰ ਨਾ ਲੈ ਲਿਓ ਇੱਧਰ। ਇਹ ਡਾਕਟਰ ਆ, ਇਹਨਾਂ ਨੂੰ ਪਹਿਲੇ ਦਿਨ ਮੇਰੇ ਕੋਲ ਗੱਲ ਕਹਿਤੀ, ਮੈਂ ਕਿਹਾ ਜਦੋਂ ਗੇਟ ਤੋਂ ਅੰਦਰ ਆਉਣਾ ਨਾ ਤੁਹਾਡੀ ਡਾਕਟਰੀ ਖਤਮ, ਫੇਲ ਕੌਣ ਹੈਗੀ ਆ? ਮੇਰੇ ਪਾਪਾ ਦੇ ਪ੍ਰਿੰਸੀਪਲ ਇੱਥੇ ਆਏ ਹੋਏ ਨੇ, ਖਤਮ ਹੋਏ ਨੇ ਉੱਥੇ ਆ ਨਹੀਂ
ਇਹ ਸਾਡਾ ਇੱਕ ਪਰਿਵਾਰ ਆ, ਇਹ ਕੋਈ ਮੈਂ ਵਡਿਆਈ ਨਹੀਂ ਕਰਦਾ। ਵੇਖੋ ਜਦੋਂ ਰਾਹ ਪਿਆ ਜਾਣੇ ਵਾਹ ਪਿਆ ਜਾਣੇ, ਜਦੋਂ ਆਪਾਂ ਕਿਸੇ ਬੰਦੇ ਨਾਲ ਵਿਚਰਦੇ ਹਾਂ ਨਾ, ਫਿਰ ਪਤਾ ਲੱਗਦਾ ਕਿ ਬੰਦਾ ਕੌਣ ਹੈਗਾ। ਏਦਾਂ ਮੰਨ ਲਓ ਮੈਂ ਕਿਸੇ ਦਿਨ ਕੈਬ ਪਾ ਕੇ ਵਰਕਆਊਟ ਕਰ ਲੂੰ, ਕਿਸੇ ਦਿਨ ਪਰਨਾ ਪਾ ਲੂੰ, ਉਹਨੇ ਕਹਿਣਾ ਯਾਰ ਇਹ ਕਦੇ ਇੱਦਾਂ ਹੋ ਜਾਂਦਾ ਇੱਦਾਂ ਹੋ ਨਾ, ਉਹ ਮੇਰੀ ਮਰਜ਼ੀ ਆ। ਜਦੋਂ ਪਰਮਾਤਮਾ ਦਾ ਹੁਕਮ ਆਇਆ, ਉਹਨੇ ਆਪਣੇ ਹੁਕਮ ਦੇ ਵਿੱਚ ਆਪੇ ਹੀ ਆਵਾਜ਼ ਮਾਰ ਲੈਣੀ ਆ, ਅਤੇ ਫਿਰ ਆਪਾਂ ਸਰੂਪ 'ਚ ਆ ਜਾਣਾ। ਅਜੇ ਉਹਦਾ ਹੁਕਮ ਨਹੀਂ ਹੋਣ ਡਿਆ, ਸਾਡੀ ਸੋਚ ਇਹੋ ਹੀ ਆ। ਅੰਦਰੋਂ ਝੂਠੇ ਫੈਲ ਬਾਰ ਦੁਨੀਆ ਅੰਦਰ ਮੈਲ, 8-60 ਤੀਰਥ ਜੇ ਨਾ ਆਵੇ ਉਤਰੇ ਨਾ ਹੀ ਮੈਲ। ਇਸ ਕਰਕੇ ਕਰਤੂਤ ਪਸ਼ੂ ਕੀ ਮਾਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਸੋਚ ਇਹੋ ਹੀ ਆ। ਬਾਕੀ ਜਦੋਂ ਪਰਮਾਤਮਾ ਦਾ ਹੁਕਮ ਹੋਇਆ ਅਤੇ ਵੇਖੋ ਕਿਹੜੇ ਰੂਪ 'ਚ ਆਉਣੇ ਆ, ਕਿੱਦਾਂ ਉਹਦੇ ਸਾਰੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਅਤੇ ਸਾਰੇ ਜਣੇ ਹੋਰ ਅਰਦਾਸ ਕਰੋ ਕਿ ਜਿਹੜਾ ਵੀ ਤੁਹਾਡਾ ਤਿਉਹਾਰ ਆ, ਸਾਰੇ ਜਣੇ ਆਪਣੇ ਪਰਿਵਾਰਾਂ 'ਚ ਮਨਾਓ, ਰਾਜ਼ੀ ਖੁਸ਼ੀ ਰਹੋ। ਜੇ ਕੋਈ ਵੀਰ ਨੇ ਖਾਧੀ ਪੀਤੀ ਹੁੰਦੀ ਆ, ਦੋ ਤਿਉਹਾਰ ਹੁੰਦੇ ਆ, ਇੱਕ ਦੀਵਾਲੀ ਅਤੇ ਇੱਕ ਲੋਹੜੀ। ਖਾਧੀ ਪੀਤੀ ਦਾ ਦਿਨ ਹੋਣਾ, ਉਹਨੂੰ ਹੱਥ ਜੋੜ ਕੇ ਠੀਕ ਆ, ਭਲਾ ਹੋਵੇ ਕੋਈ ਨਹੀਂ। ਅਤੇ ਇਹੋ ਹੀ ਚੰਗੇ ਜੇ ਹੱਥ ਜੋੜੇ ਚੰਗੇ ਜੇ, ਉਹਨੂੰ ਕਿ ਕੋਈ ਗੱਲ ਨਹੀਂ, ਜੇ ਤੂੰ ਗਾਲ ਕੱਢੀ ਭਰਾਵਾ ਇੱਕ ਹੋਰ ਕੱਢ ਲਾ, ਇਹ ਤੈਨੂੰ ਜਾਣੀ ਮੈਨੂੰ ਤਾਂ ਜਾਣੀ ਨਹੀਂ ਹੈ, ਇਹ ਤੂੰ ਵੱਡਾ ਜਾ ਠੀਕ ਆ। ਪਰਮਾਤਮਾ ਵੀ ਕਹਿੰਦੇ ਆ, ਆਪਸ ਜੋ ਜਾਣੇ ਨੀਚਾ ਸੋ ਗੁਣੀ ਸਤਿ ਉੱਚਾ ਠੀਕ ਆ। ਇਸ ਕਰਕੇ ਸਰੀਰ ਦਾ ਹੰਕਾਰ ਨਹੀਂ ਕਰਨਾ, ਰਕਤ ਬੂੰਦ ਕਾ ਗਾਰਾ ਵਾ, ਇਹਦਾ ਕਦੀ ਹੰਕਾਰ ਨਹੀਂ ਕਰਨਾ। ਜੋ ਜਾਣੇ ਮੈਂ ਜੋ ਗੁਣਵੰਤ, ਸੋ ਹੋ ਤੇ ਦਿਸ਼ਟਾ ਕਾ ਜੰਤ, ਆਪਸ ਕੋ ਗੁਰਮੰਤ ਕਹਾਵੇ, ਜਨਮ ਮਰੇ ਵੋ ਜੂਨ ਭਰਮਾਵੇ, ਧਨ ਭੂਮਿਕਾ ਜੋ ਕਰੇ ਘਮਾਣ, ਸੋ ਮੂਰ ਗੰਦਾ ਗਿਆਨ। ਇਹ ਜਿਹੜਾ ਥੰਮੇ ਥੰਮਣ ਆ, ਇਹ ਇੱਥੇ ਰਹਿ ਜਾਣੇ ਆ, ਮਾਟੀ ਕੋਈ ਪੁੱਤਰਾ ਕੈਸੇ ਨੱਚਦਾ, ਇਹ ਮਿੱਟੀ ਦਾ ਸਰੀਰ ਆ। ਇਸ ਕਰਕੇ ਇੰਨੇ ਕੁ ਵਿਚਾਰ ਕੀਤੇ ਆ, ਫਿਰ ਇਹ ਚੀਜ਼ ਨਾ ਸੋਚਿਓ ਕਿ ਸ਼ਾਇਦ ਤੁਹਾਨੂੰ ਮੈਂ ਕੁਛ ਸਮਝਾਉਣਾ ਵਾ। ਮੈਂ ਵੀ ਇੱਕ ਸਿਖਿਆਰਤੀ ਹਾਂ, ਜਿੰਨੀ ਮੈਨੂੰ ਬੁੱਧ ਦਿੱਤੀ ਆ, ਮਦਦ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਗੁਰਬਾਣੀ ਦੇ ਵਿੱਚੋਂ ਕੋਈ ਤੁਕ ਅੱਖਰ ਵਾਧਾ ਘਾਟਾ ਹੋ ਗਿਆ ਹੋਵੇ, ਦਾਸ ਨੂੰ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।